ਏ ਆਕਾਸ਼ ਹਣਿ ਜੋ ਮੋਅਸ ਐਨ ਆਖਾਪ੍ਰੀਤ ਨੂੰ ਦਾ ਸਵਾਗਤ ਪਹਿਲੇ ਖਾਸ ਖਬਰਾਂ ਕਨਿ ਮੈਂ ਜਗਮੋਨ ਸ਼ਰਮਾ नियंत्रण रेखा के रोर पार बणज बपार की पछोकड़ आतंकवादियों के रपया उपलध कराने के एक मामले में राष्ट्रीय जांच एजेंसी एनआईए ने पुंछ जिले में नौ थारे पर छापेमारी रक्षा की रक्षांत्री राजनाथ सिंह होरबंद बलों की भले अल तैयार करने नमें किस्में उपकरण से थे उपलध कराने केन्द्र सरकार के धैय पक्का केंद्रीय मंत्री भूपेन्द्र यादव हो ई श्रम पोर्टल च अजेंोरी ढाई करोड़ को मजूरें श्रमिकों न दर्ज कराई ल ਕੋਵਿਡ ਟਿਕਾ ਕਰਨ ਚ ਬੱਚੇ ਕੀ ਟਿਕਾ ਲਾਣੇ ਚ ਕਸਰੀ ਬੱਚੇ ਕੀ ਤਰਜੀ ਦਿੱਤੀ ਜਾਗ खबरें जरूरी स्ने राष्ट्र ने अठारें बरें को ते सरकारी गकारी केन्द्रें मुफ्त कोविड नाइन्टीन टीकाकरण अभियान तेजी ले दी है अस युवा श्रोताएं सलाह जो टीका लोई लाड़े श्रोताएं इी सलाह दी सुरक्षा उपाय से कमी नहीं करे कोविड नाइन्टीन सी जिंदू पर खतरा अजें भी बने मेहरबानी बनेरबानी कर बहर जाना जरूरी नहीं हो तो घर अंदर रवो तो चार सखले उपाय जारी रखो मुंह पर मास्क पाओ समाजी छिंडे की दर्ं गज की दूरी रखो हत्थ के मुंह से साफ सुथरा रखने पर मु ਅਕਤੀਅੰਦੀ ਉਹਤੇ ਕੋਵਿਡ ਸਮਾਂ ਬਚਾ ਲਾ ਟੀਕਾ ਲਵਾਈ ਲੋ ਕੋਵਿਡ ਮੁਤੱਲਕ ਕੋ ਸੇ ਜਾਣਕਾਰੀ ਤੇ ਮਾਰਗਦਰਸ਼ਨ ਕਿਤੇ ਤੁਸ ਰਾਸ਼ਟਰੀ ਹੈਲਪਲਾਈਨ ਨੰਬਰੇ ਉਪਰ ਸੰਪਰਕ ਕਰ ਸਕਤੋ ਨੰਬਰ ਨ 01123978046 ਤੇ ਦੂਆ ਨੰਬਰ 1075 ਤੇ ਉਨ ਖਬਰਿੰ ਦੀ ਤਫਸੀਲ ਕਰਨੇ ਵਿਜੇ ਪਾਜਾਜ ਰਾਸ਼ਟਰੀ ਜਾਂਚ ਏਜੰਸੀ NIA ਨੇ ਬੰਨੇ ਦੇ ਰੁਆਰਪਾਰਲੇ ਵਪਾਰ ਦੇ ਮਾਮਲੇ 'ਚ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ 'ਚ ਕਈ ਥਾਰਾਂ 'ਤੇ ਛਾਪੇਮਾਰੀ ਕੀਤੀ ਹੈ। ਕਬਜ਼ਾ ਰੇਖਾ ਦੇ ਰੁਆਰਪਾਰੋਂ ਆਲੇ ਵਪਾਰਤੇ ਰਾਏ ਕੈਲੀਫੋਰਨੀਆ ਬਦਾਮ ਗਿਰੀਆਂ ਦੇ ਆਯਾਤ ਦੀ ਆੜ 'ਚ ਪਾਕਿਸਤਾਨ ਥਮਾ ਪਾਰੱਚ ਵੱਡੇ ਪੇਮਾਨੇ 'ਪਰ ਪੈਸਾ ਮੁੰਤਕਿਲ ਕੀਤੇ ਜਾਣ ਦੇ ਸਿਲਸਿਲੇ 'ਚ ਜਾਰੀ ਜਾਂਚ ਕੀ ਅੱਗੇ ਵਧਾਂਦੀ ਹੋਈ NIA ਨੇ ਨਵੇਂ ਥਾਰਾਂ 'ਤੇ ਛਾਪੇ ਮਾਰੇ ਨਾ ਇਸ ਕੰਮ 'ਤੇ ਜੰਮੂ ਕਸ਼ਮੀਰ ਪੁਲਸ CRPF ਤੇ ITBP ਨੇ NIA ਦਾ ਸਹਿਯੋਗ ਕੀਤਾ। ਬੰਨੇਤਰ ਵਾਰਪਾਰਾਲੇ ਵਪਾਰ ਦੀ ਆੜ ਵਿਚ ਅਤੰਕਵਾਦੀ ਗਤੀਵਿਧੀਆਂ ਅਸਤੇ ਰੁਪਿਆ ਪੈਸਾ ਜਾਰੀ ਕੀਤੇ ਜਾਣੇ ਬਾਰੇ ਥੋਈ ਦੀ ਸੂ ਪ੍ਰਕਾਰਵਾਈ ਕਰਦੀ ਹੋਈ ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਦਸੰਬਰ 2016 ਦੀ ਹੁਕਮ ਜਾਰੀ ਕੀਤਾ ਹੈ ਜਿਦੇ ਪ੍ਰਿੰਤ ਐਨ ਆਈਏ ਨੇ 16 ਦਸੰਬਰ 2016 ਕੀ ਇਸ ਸਰਬੰਦਰ ਚ ਮਾਮਲਾ ਦਰਜ ਕਰਿ ਲਿਆ ਤਾ ਇਹ ਮਾਮਲਾ ਬਾਰਾਮੁਲਾ ਜ਼ਿਲ੍ਹੇ ਦੇ اسلامਾਬਾਦ ਤੇ ਉੜੀਆਲੇ ਵਪਾਰ ਸਹੂਤਾ ਕੇਂਦਰ ਦੇ ਕੰਨੋ ਕੰਨੀ ਪੁੰਛ ਜ਼ਿਲ੍ਹੇ ਚ ਚੱਕਾਂ ਦਾ ਬਾਗ ਵਾਲੇ ਕੇਂਦਰ ਰਾਂ ਚੀਜ਼ਾਂ ਦੇ ਨਿਰਯਾਤ ਦੀ ਆੜ ਚ ਪਾਕਿਸਤਾਨ ਥਮਾ ਵੱਡੇ ਪੇਮਾਨੇ ਪਰ ਪੈਸਾ ਭਾਰਤ ਭੇਜ ਜਾਣੇ ਦੇ ਕੰਨੇ ਜੁੜੇ ਦਇਆ ਇਸ ਪੈਸੇ ਦਾ ਇਸਤੇਮਾਲ ਜੰਮੂ ਕਸ਼ਮੀਰ ਚ ਅਤੰਕਵਾਦ ਤੇ ਅਲਗਾਵਵਾਦ ਕੀ ਬੜਾਵਾਦ ਦੇ ਨਿਯਾਸ ਤੇ ਕੀਤਾ ਜਾ ਕਰਤਾ ਹੈ ਜਾਂਚ ਦਰਾਨ ਇਹ ਪਤਾ ਲੱਗਾ ਹੈ ਜੇ ਕਿਸ਼ ਕਾਰੋਬਾਰੀ ਇਸ ਵਪਾਰ ਦੀ ਆਰਚ ਮਤਾ ਮੁਨਾਫਾ ਕਮਾਈਏ ਇਸ ਬਾਦੂ ਰਕਮ ਕੀ ਅਤੰਕਵਾਦੀ ਗੁੱਟਾਂਂ ਕੀ ਦਿਆ ਕਰਦੇ ਹੈ ਛਾਪੇ ਮਾਰੀ ਦੇ ਦਰਾਨ NIA ਨੇ ਕਈ ਦਸਤਾਵੇਜ਼ ਡਿਜੀਟਲ ਉਪਕਰਨ ਤੇ ਔਰ ਇਤਰਾਜ਼ਜੋਗ ਸਮਾਨ ਵੀ ਜ਼ਬਤ ਕੀਤਾ ਹੈ रक्षा मंत्री राजनाथ सिंह ओरियन थियार बंद बलेंदे आधुनिकीकरण ते उने की पलियां आधुनिक मशीनें कने लैस करने दी सरकार दी वचनबद्धता की आज एक बारी पी पक्का कीता है उने आख्या छ सुरक्षा सरबंदी वैश्विक चुनौतियां बनने वाले विवाद दे ते समुद्री सुरक्षा सरबंदी मामले दुनिया की फौजी बलेंदे आधुनिकीकरण बखितियां देनेस्ते मजबूर कीता है ਨਮੀ ਦਿੱਲੀ ਚਿਕ ਸਮਾਰੋਹ ਦੌਰਾਨ ਪਾਸ਼ੰਦਿੰਦੇ ਹੋਈ ਸ਼੍ਰੀ ਸਿੰਘ ਹੋ ਰਹੇ ਯੁਵਾਇਨ ਦੀ ਤਾਕਤ ਕੀ ਦੇਸ਼ਾ ਦੀ ਮੇਦ ਕਰਾਰ ਦਿੰਦੀ ਹੋਈ ਨੌਜਵਾਨੀ ਦੀ ਅਪੀਲ ਕੀਤੀ ਜਿਉ ਆਤਮ ਨਿਰਭਰ ਪਰ ਦਲ ਲਕਸ਼ਾਸਲ ਕਰਨੇ ਵਾਸਤੇ ਸਰਕਾਰ ਕੀ ਸਹਿਯੋਗ ਦੇਣ ਉਹਨੇ ਆਖਿਆ ਜੇ ਸਵਦੇਸ਼ੀ ਤੌਰ ਉਪਰ ਨਮੀਏ ਤਕਨੀਕਾਂ ਕੀ ਵਿਕਸਿਤ ਕਰਨਾ ਇਲਾ ਸਮੇ ਦੀ ਮੰਗ ਹੈ ਰੱਖਿਆ ਮੰਤਰੀ ਹੋਰੀਆਂ ਆਖਿਆ ਜੇ ਸਰਕਾਰ ਦੇ ਆਤਮ ਨਿਰਭਰ ਭਾਰਤ ਦਾ ਲਕਸ਼ ਇਸ ਗੱਲ ਲਈ ਯਕੀਨੀ ਬਣਾਉਣਾ ਹੈ ਜੇ ਭਲਿਆਂ ਅੱਜਾ ਕੱਲ੍ਹ ਦੀਆਂ ਤਕਨੀਕਾਂ ਗੀ ਸਵਦੇਸ਼ੀ ਤੌਰ ਉੱਪਰ ਵਿਕਸਿਤ ਕੀਤਾ ਜਾ ਸਕੇ ਉਹਨੇ ਆਖਿਆ ਜੇ ਇਹ ਛੜਾ ਰਾਸ਼ਟਰ ਦੀ ਸੁਰੱਖਿਆ ਦੀ ਤਗੜਾ ਕਰਨ ਵਾਸਤੇ ਹੀ ਜ਼ਰੂਰੀ ਨਹੀਂ ਹੈ ਸਗੋਂ ਆਦੇਸ਼ਾ ਦੇ ਪੂਰੇ ਪ੍ਰਾਤੇ ਵਿਕਾਸ ਦੀ ਯਕੀਨੀ ਬਣਾਉਣ ਵਾਸਤੇ ਵੀ ਲਾਜ਼ਮੀ ਹੈ ਸ਼੍ਰੀ ਸਿੰਘ ਹੋਰੇ ਗਲਾਇਆ ਜੇ ਸਰਕਾਰ ਨੇ ਰੱਖਿਆ ਖੇਤਰ ਚ ਨਿੱਜੀ ਉਦਯੋਗਾਂ ਦੀ ਸ਼ਮੂਲੀਅਤ ਵਧਾਰੀਆਂ ਵਾਸਤੇ ਸੁਧਾਰ ਵਾਲੀਆਂ ਕਈ ਗਈ ਪੁੱਟੀਆਂ ਨਾ ਬਟਗਾਮ ਜ਼ਿਲ੍ਹੇ ਥਾ ਮ ਕਸ਼ਮੀਰੀ ਖਰੋਟੇ ਦੀ ਪਹਿਲੀ ਖੇ ਪ੍ਰਵਾਨਾ ਕੀਤੀ ਗਈ। ਬੰਜ ਮੰਤਰਾਲੇ ਦੀ ਇੱਕ ਜ਼ਿਲ੍ਹਾ ਇੱਕ ਉਤਪਾਦਲੀ ਪਹਿਲ ਦੇ ਤਹਿਤ 2000 ਕਿਲੋਗ੍ਰਾਮ ਅਕਰੋਟ ਲਈਏ ਇੱਕ ਟਰੱਕ ਕਰਨਾਟਕ ਦੇ ਬੰਗਲੂਰੂ ਲਈ ਟੋਰਿਆ ਗਿਆ ਹੈ। ਮੁਲਕਾ ਚ ਅਕਰੋਟ ਦੀ ਪੈਦਾਵਾਰ ਦਾ 90% ਸੱਜਾ ਕਸ਼ਮੀਰ ਚੁੰਦਾ ਹੈ। ਕਸ਼ਮੀਰ ਦਾ ਅਕਰੋਟ ਮਤਾ ਸਵਾਦਲਾ, ਬਿਹਤਰ ਮਿਆਰ ਦਾ ਤੇ ਪੋਸ਼ਟਿਕਤਾ ਦੇ ਸਾਬ ਵਾ ਵੀ ਮਤਾ ਗੁਣਕਾਰੀ ਹੁੰਦਾ ਹੈ ਜਿੱਤੇ ਚਲਦੀ ਇਹਦੀ ਨਾਛੜਾ ਭਾਰਤ ਚ ਸਗੂਆ ਬਾਹਰਲੇ ਮੁਲਕਾਂ ਚ ਵੀ ਮੜੀ ਮਤੀ ਮੰਗੇ। ਕਸ਼ਮੀਰ ਦੇ ਅਕਰੋਟ ਅੰਤਰਰਾਸ਼ਟਰੀ ਬਾਜ਼ਾਰੇ ਮੰਡੀਆਂ ਚ ਪਛਾਣ ਬਣਾਉਣੇ ਦੀ ਪੂਰੀ ਸਮ ਪਰ ਅਜੇ ਵੀ ਬਾਦਲੇ ਕੇਸ਼ ਮੁਲਖਿੰਦ ਮਾਪਾਰਚ ਅਕਰੋੜ ਨੂੰ ਆਏ ਜਾਂਦੇ ਨੇ ਤੇ ਆਪਣੇ ਮੁਲਕ ਦੇ ਦੇਸ਼ ਚਾਲੀ ਦੇ ਬਿਹਤਰੀਨ ਉਤਪਾਦ ਦੇਣਗੇ ਬੜਾ ਵਾਦੀ ਨੇ ਇਸ ਤੇ ਕੇਂਦਰ ਸਰਕਾਰ ਨੇ ਇੱਕ ਜ਼ਿਲ੍ਹਾ ਇੱਕ ਉਤਪਾਦ ਨਾਕਨ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਵਿਸ਼ਵ ਪਰਿਆਵਾਸ ਦਿਵਸ ਹੈ ਪਰਿਆਵਾਸ ਦਾ ਮਤਲਬ ਹੈ ਉਥਾਰ ਤੇ ਆਲੇ ਦੁਆਲੇ ਦਾ ਇਲਾਕਾ ਜਿੱਥੇ ਕੋਈ ਵੀ ਰਹਿੰਦਾ ਹੈ ਇਹ ਧੜਾ ਮੁਕਤੌਰ ਉਪਰ ਮਾਨੂ ਦੇ ਰਹਿਣ ਵਾਲੀਆਂ ਬਸਤੀਆਂ ਦੀ ਹਾਲਤ ਤੇ ਰਹਿਣੇ ਲਈ ਲੋੜਛ ਦੀ ਬੁਨਿਆਦੀ ਸਹੂਲਤਾਂ ਤੇ ਅਧਿਕਾਰਾਂ ਪਰ ਮੁਕਤੌਰ ਉਪਰ ਧਿਆਨ ਦੇਣ ਦੇ ਆਸਤੇ ਮਨਾਇਆ ਜਾਂਦਾ ਹੈ ਅਰ ਬਰੇ ਇਸੀ ਅਕਤੂਬਰ ਮਹੀਨੇ ਦੇ ਪਹਿਲੇ ਸੰਗਾਰੇ ਮਨਾਇਆ ਜਾਂਦਾ ਤੇ ਐਕਟੀ ਇਹਦਾ ਵਿਸ਼ੇ ਰੱਖਿਆ ਗਿਆ ਹੈ ਕਾਰਬਨ ਮੁਕਤ ਦੁਨੀਆ ਲਈ ਸ਼ਹਿਰਾਂ ਚ ਕਾਰਵਾਈਆਂ ਚ ਤੇਜ਼ੀ ਅੰਨਨਾ ਕਰਸਾਨੇ ਦੀ ਮੁੰਜੀ ਦੀ ਵਿਕਰੀ ਸਰਬੰਦੀ ਸਿੱਧੇ ਫਾਇਦੇ ਯਕੀਨੀ ਬਣਾਉਣੇ ਵਾਸਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਸਰਕਾਰ ਭਾਰਤੀ ਖਾਦਦ ਨਿਗਮ ਤੇ ਰਾਈ ਭਾਈ ਮਹਿਕਮੇ ਦੇ ਸਹਿਯੋਗ ਨਾਲ ਕਠੂਆ ਜ਼ਿਲ੍ਹੇ ਚ ਮੁੰਜੀ ਦੀ ਖੁਸ਼ਕਰੀਦ ਵਾਲੇ 8 ਕੇਂਦਰ ਕਾਇਮ ਕੀਤੇ ਨੇ ਇਹ ਕੇਂਦਰ ਕਰਸਾਨੇ ਕੀ ਉੰਦੇ ਉਤਪਾਦ ਸਿੱਧੇ ਉੰਦੇ ਘਰੇਕਾਸ਼ ਕੇ ਵੇਚਣ ਦੀ ਸਹੂਲਤ ਹਾਸਲ ਕਰਵਾਕਰ ਦੇਣ ਇਸ ਬਾਰੇ ਸੜੇ ਜ਼ਿਲ੍ਹਾ ਸੰਵਾਦ ਦਾਤਕ ਨਿਕਾਲ ਕਰਦੀ ਹੋਈ ਕਠੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਆਖਿਆ हमारे आठ पैडी प्रिक्योरमेंट सेंटर बनाए गए हैं सेंट्रल गवर्नमेंट की तरफ से पूरी कोशिश की जा रही है कि हमारे जो किसान हैं उनको उनकी फसल का उचित मूल्य मिल सके और उसी के क्रम में यहाँ पर हमारा ये पैडी प्रिक्योरमेंट सेंटर बनाया है इस बार हमारा जो बीट का भी प्रिक्योरमेंट हुआ था हमारे कठवा डिस्ट्रिक्ट में वो रिकॉर्ड प्रिक्योरमेंट हुआ था और मैं उम्मीद करता हूँ कि हमारा इस बार जो पैडी का भी जो प्रिक्योरमेंट होगा जरूर रिकॉर्ड प्रिक्योरमेंट होगा हमारे जितने भी किसान भाई हैं उनके लिए ऑनलाइन रजिस्ट्रेशन की सुविधा भी दी गई है कि वो अपना रजिस्ट्रेशन कराने के बाद वो कहीं पर भी अपना जो प्रोड्यूस है वो किसी भी मंडी में सेल कर सकते हैं ya yeah. ਸਰਕਾਰ ਪਾਸਿਆ ਉਦਮਪੁਰ ਜ਼ਿਲ੍ਹੇ ਦੀਆਂ 6 ਨਵੀਂ ਸੈਲਾਨੀ ਥਾਰਾਂਗੇ ਸੈਲ ਸਫਾ ਦੇ ਨਕਸ਼ੇ ਪਰ ਆਨਣੇ ਦੀ ਮਨਜ਼ੂਰੀ ਦੇਣੇ ਦੇ ਕੰਨ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਗ੍ਰਾਮੀਣ ਸਵਰੋਜ਼ਗਾਰ ਸਿਖਲਾਈ ਕੇਂਦਰ ਚ ਇਨੇ ਨਵੀਂ ਸੈਲਾਨੀ ਥਾਰਾਂ ਲਈ ਯੁਵਾਆਂ ਗੀ ਟੂਰਿਸਟ ਗਾਈਡਿੰਗ ਦੇ ਤੌਰ ਉਪਰ ਸਿਖਲਾਈ ਦੇਣਾ ਸ਼ੁਰੂ ਕਰ ਦਿੱਤਾ ਹੈ ਸਾਡੇ ਜ਼ਿਲ੍ਹਾ ਸੰਵਾਦ ਦਾਤਾ ਮੁਜਬ ਪਵਿੱਖ ਚ ਟੂਰਿਸਟ ਗਾਈਡ ਦੇ ਤੌਰ ਉਪਰ ਕੰਮ ਕਰਨੇ ਵਾਲੇ ਇਹ ਬੇਰੋਜ਼ਗਾਰ ਨੌਜਵਾਨ ਆਪਣੇ ਗ੍ਰਾਂਜ ਚ ਕੁਦਰਤੀ ਖੂਬਸੂਰਤੀ ਵਾਲੀ ਔਰ ਨਿਥਾਰਾਂ ਬਾਰੇ ਜਾਣਕਾਰੀ ਹਾਸਲ ਕਰੀਏ ਸੈਲਾਨੀਆਂ ਗੀ ਮਤਿਆ ਚਿਰੇਤੂੜੀ ਇੱਥੇ ਰੋਕ करती हुई ग्रामीण स्वरोजगार सिखलाई के केंद्र के डायरेक्टर केंद्र तेंद्र सिखलाई हासिल करा करते एक नौजवान ने आख्या ये ट्रेनिंग प्रोग्राम डिस्ट्रिक्ट एडमिनिस्ट्रेशन के सौजन से चलाया जा रहा है ताकि जो डिस्ट्रिक्ट एडमिनिस्ट्रेशन ने कुछ स्पॉट्स आइडेंटिफाई किए हैं जहाँ पे कि वो टूरिज्म को प्रमोट करना चाहते हैं उसके लिए ये दस दिन का ट्रेनिंग प्रोग्राम यहाँ पे रखा हुआ है वहाँ के यूथ है जो अनएम्प्लॉयड है वो इस टूरिस्ट गाइड को एक प्रोफेशन के रूप में लेके अपनी इकोनॉमी को भी बढ़ाएंगे और अपने लिए एक रोजगार का साधन भी जमा मेरा नाम आंचल सिंह है मैं पंजारी का रहने वाला हूँ हमारा यहाँ टूरिस्ट गाइड का कोर्स चल रहा है और कोई भी प्लांट्स उनके बारे में हम उनको डिटेल से बताएंगे तो वो वहाँ की तरफ अट्रैक्ट होगा जो एक दो दिन के लिए भी आया होगा तो वो ज्यादा से ज्यादा टाइम उधर स्पेंड करके जाएगा इससे हमारी इकोनॉमी पे इम्प्रूवमेंट एक खबर तुम आकाशवाणी सुनाती हो डिपार्टमेंट ऑफ सोशल वेलफेयर प्रिजर्स छोड़ना यार हेलो दोस्तों आज मैं आपको अपने नशे के बारे में कुछ बताना चाहती हूँ कि कैसे मैं इस चीज में फंसी और अब कैसे इसके बिना मैं अपनी लाइफ को जी रही हूँ मैं उन्नीस साल की थी जब मैंने पहली बार नशा किया मैं एक पार्लर में काम करती थी जहाँ मुझे ऐसे दोस्त मिले जिनके साथ मैंने फॉल पेपर पर हीरोइन का नशा किया फिर धीरे धीरे मेरी आदत जो है वो इंजेक्शन की लक बन गई इसके नशे के चक्कर में मैंने अपनी नौकरी तक खो दिया नशे के चक्कर में मैंने बहुत पैसे वेस्ट कर दिए क्योंकि मैं एक लड़की हूँ तो मुझे इस इसका ट्रीटमेंट लेने में बहुत ही ज्यादा परेशानी हुई लोग नशे के बदले में उसका बुरे तरीके से फायदा उठाने की कोशिश करते हैं तो मैं इस चीज़ों से बहुत ज्यादा तंग आ चुकी थी फिर मैं इस संस्था के साथ जुड़ी और अब मैं पिछले तीन महीने से रिकवरी पे हूँ और मैंने तीन महीने से कोई नशा नहीं किया और मैं अब खुद में बहुत ज्यादा सुधार फील करती हूँ और मैं सबको यही बोलना चाहूँगी की करके नशा ना करें डिपार्टमेंट ऑफ सोशल वेलफेयर जे द्वारा जनहित में जारी ਮਨ ਬਾਕੀ ਦੀਆਂ ਖਬਰਾਂ ਕਰਨੇ ਜਗਮੋਹਨ ਸ਼ਰਮਾ ਕੇਂਦਰੀ ਸ਼੍ਰਮ ਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਹੋਰ ਇਹ ਆਖੇ ਜੇ ਸਰਕਾਰ ਅਸਰਦਾਰ ਨੀਤੀ ਦੇ ਰਾਏ ਕਮ ਗਾਰੇ ਦੇ ਕਲਿਆਣ ਬਖੇ ਧਿਆਨ ਕੇਂਦ੍ਰਿਤ ਕਰਾ ਕਰਦੀ ਹੈ ਕੇਂਦਰੀ ਮੰਤਰੀ ਸ਼ਮ ਬਿਊਰੋ ਦੇ 101ਵੇਂ ਸਥਾਪਨਾ ਦਿਵਸ ਦੇ ਮੌਕੇ ਪਰ ਚੰਡੀਗੜ੍ਹ ਆਲੇ ਸ਼ਮ ਬਿਊਰੋ ਪਵੰਜਲਵਾਏਗੇ ਦੇ ਕਾਰਜਕ੍ਰਮ ਦੌਰਾਨ ਬੋਲਦੇ ਹੈ ਇਸ ਮੌਕੇ ਨੇ ਆਖੇ ਜੇ ਸ਼ਮ ਦੇ ਸਭ ਨੇ ਪਹਿਲੂ ਮਾਰੇ ਆਂਕੜੇ ਬੜੇ ਜ਼ਰੂਰੀ ਨੇ ਤੇ ਸਾਇੰਸੀ ਤਰੀਕੇ ਕਨੇ ਇਕਠੇਰੇ ਕੇ ਦੇ ਆਂਕੜੇ ਅਸਰਦਾਰ ਨੀਤੀਆਂ ਤਿਆਰ ਕਰਨੇ ਲਈ ਅਤ ਲਾਜ਼ਮੀ ਹੁੰਦੇ ਨੇ ਮੰਤਰੀ ਨੇ ਇਸ ਮੌਕੇ ਪਰ ਬਾਕਪਕ ਰਾਜ ਜਿਹਾਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇ ਸ਼੍ਰਮ ਮੰਤਰੀਆਂ ਦੇ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਜੰਮੂ ਕਸ਼ਮੀਰ ਤੇ ਲਦਾਖ ਦੇ ਸ਼੍ਰਮ ਸਚਿਵਾਂ ਤੇ ਕਮਿਸ਼ਨਰਾਂ ਕੰਨੇ ਵੀ ਗੱਲਬਾਤ ਕੀਤੀ ਯਾਦਵ ਹੋਰੇ ਅਸੰਗਠਿਤ ਖੇਤਰ ਦੇ ਕਾਮਗਾਰਾਂ ਦੀ ਈ ਸ਼੍ਰਮ ਕਾਰਡ ਵੀ ਵੰਡੇ ਉਨੇ ਆਖਿਆ ਕਿ ਈ ਸ਼੍ਰਮ ਪੋਰਟਲ ਪਰ ਅਜੇ ਤੋੜੀ 2.5 ਕਰੋੜ ਕੁਲਾ ਮਤੇ ਮਜੂਰੇ ਸ਼੍ਰਮਕੇ ਆਪਣੇ ਨਾਂ ਦਰਜ ਕਰਾਈ ਲੈਤੇ ਦਿਨ केंद्र सरकार कोविड टीकाकरण अभियान च गंभीर बीमारियों के कसरी बच्चों को तरजीह देग राष्ट्रीय टीकाकरण तकनीकी सलाहकार दल अध्यक्ष डॉ एन के अरोड़ा हो जानकारी दस नरोए बच्चे टीकाकरण मगरा किता जाग बारें बरें को ले बें तोड़ उ उम्र के बच्चे के टीकाकरण के बारे जानकारी दें उन्होंने दे। आख्या हाल चे कैडेलाजाइडस टीके डीएनए की बारह को सतारे बरें तोड़ी उम्री बच्चे पूरी चाली सुरक्षित पाया गया है फिलहाल यह टीका शड़ा किशोर उम्र के श ਉਨੇ ਬੱਚੇਂ ਕੀ ਕਿਲਾਇਆ ਜਾਗ ਜੜੇ ਕੁਸੈ ਬਿਮਾਰੀ ਦੇ ਕਸਰੀ ਨ ਤੇ ਪਲਿਆਂ ਠੀਕ ਠਾਕ ਨ ਰੋਏ ਬੱਚੇਂ ਕੀ ਖੁਰਾਕ ਮਗਰਾ ਦਿੱਤੀ ਜਾਗ ਮੁਲਕਾ ਚ ਅਜੇ ਤੋੜੀ ਕਰੋਨਾ ਤੋਂ ਬਚਾ ਲੈ 91 ਕਰੋੜ ਕੋਲਾਮਤੇ ਟੀਕੇ ਲਾਏ ਜਾ ਚੁਕੇ ਨਾ ਸਿਹਤ ਮੰਤਰਾਲੇ ਦਾ ਆਖਣਾ ਜੇ ਛੜਾ ਕੱਲ੍ਹ ਕੇ 26 ਲੱਖ 44 ਹਜ਼ਾਰ ਕੋਲਾਮਤੇ ਲੋਕਾਂ ਕੀ ਏਟੀ ਕਾ ਲਾਇਆ ਗਿਆ ਪਿਛਲੇ 24 ਘੰਟੇ ਦੌਰਾਨ 20 ਹਜ਼ਾਰ ਕੋਲਾਮਤੇ ਮਾਮਲੇ ਸਾਹਮਣੇ ਆਏ ਨਾ ਭਾਰਤ ਚ ਇਹ ਲੈ ਸਕਰੀਏ ਮਾਮਲੇ 2.54 ਲੱਖ 4458 ਤੇ ਗਿੰਤਰੀ ਪਿਛਲੇ 203 ਦਿਨ ਚ ਸਭ ਨੇ ਸ਼ਕਾਟ ਹੈ ਸਕਰੀਏ ਮਾਮਲੇ ਦੀ ਦਰ ਵੀ 0.78% ਹੈ ਜੋ ਪਿਛਲੇ ਮਾਰਚ ਮਹੀਨੇ ਕੋਲਾਲੇ ਯੋਨ ਤੱਕ ਸਭ ਨੇ ਸ਼ਕਾਟ ਹੈ ਤਰਾ ਨੇ ਜਾਣਕਾਰੀ ਦਿੱਤੀ ਹੈ ਜੇ ਕਰੋਨਾ ਕਸਰੀਂ ਦੇ ਨਰੋਇਓ ਨਿਦੇਦਰ 97.89% ਹੈ ਜਿਹੜੀ ਪਿਛਲੇ ਮਾਰਚ ਮਹੀਨੇ ਦੇ ਬਾਅਦ ਸਭਨੇਸ਼ਾ ਉੱਪਰ ਹੈ ਪਿਛਲੇ 24 ਘੰਟੇ ਦੌਰਾਨ 26000 ਕੁਲਾ ਮਤੇ ਕਰੋਨਾ ਕਸਰੀਂ ਕੀ ਨਰੋਇਓ ਉਪਰ ਬਕਪਕਾ ਸਪਤਾਨੇ ਤਮਾ ਛੁੱਟੀ ਵੀ ਦੇ ਦਿੱਤੀ ਗਈ ਤੇ ਇਹ ਲੈ ਥੋੜੀ ਠੀਕ ਹੋ ਚੁਕੇ ਦੇ ਲੋਕਾਂ ਦੀ ਗਿੰਤਰੀ 3 ਕਰੋੜ 31 ਲੱਖ 21247 ਹੋਈ ਗਈ ਹੈ ਤਾਂ ਜੋ ਕਸ਼ਮੀਰ ਦੇ ਪਿਛਲੇ 24 ਘੰਟੇ ਦੌਰਾਨ 141241 ਲੋਕਾਂ ਕੀ ਕਰੋਨਾ ਸੌ ਬਚਾਲਾ ਟੀਕਾ ਲਾਇਆ ਗਿਆ ਤੁਸੀਂ ਰਲਾਈਏ ਅਜਨਤੋੜੀ ਕਰੋਨਾ ਤੋਂ ਬਚਾ ਲਈ 1 ਕਰੋੜ 18 ਲੱਖ 44 ਹਜ਼ਾਰ 671 ਟੀਕੇ ਲਾਇ ਦਿੱਤੇ ਗਏ ਨੇ 18 ਬਰੇ ਕੋਲਾ ਉੱਪਰਲੀ ਉਮਰੀ ਦੇ 87.89 ਪ੍ਰਤੀਸ਼ਤ ਲੋਕਾਂ ਕੀ ਟੀਕਾ ਲੱਗੀ ਚੁੱਕੇ ਦਾ ਹੈ ਤੋਂ ਆਈ ਕੇਂਦਰੀ ਮੰਤਰੀ ਅਨੁਰਾਗ ਠਾਕੁਰੋ ਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਨੇਤਿਤਵ ਚ ਦੇਸ਼ ਵਾਸੀ ਕੀ ਕਰੋਨਾ ਤੋਂ ਬਚਾ ਲਈ ਸੁਰੱਖਿਆ ਲਈ ਮੁਫਤ ਟੀਕੇ ਦੀ ਵਿਵਸਥਾ ਕੀਤੀ ਗਈ ਹੈ ਤੇ ਮੁਲਕ ਪਰ ਅਜ ਇਹ ਕੰਮ ਪੂਰੀ ਰਮਾਨਦਾਰੀ ਤੇ ਵਿਵਸਥਾ ਨਾਲ ਟੰਗੇ ਸਿਰ ਜਾ ਰਹੀ ਹੈ ਉਹਨੇ ਆਖਿਆ ਕਿ ਕੇਂਦਰ ਸਰਕਾਰ ਕੋਈ 35000 ਕਰੋੜ ਰੁਪਏ ਦੇ ਖਰਚੇ ਕਰਨੇ ਲੋਕਾਂ ਕੀ ਕੋਵਿਡ ਤੋਂ ਚਾਲੀ ਟਿੱਕੇ ਉਪਲਬਧ ਕਰਵਾ ਕਰਦੀ ਹੈ सेहत मंत्रालय का आखना है जे उन्हें अजें तोड़ नानवे करोड़ नानवे लख को टीके ब केंद्र शासित प्रदेशों उपलब्ध करवाई केंद्र शासित प्रदशों कश इले भी पंज करोड़ सताठ लख को मते न कोविड टीकाकरण राष्ट्रव्यापी अभियान तहत केंद्र सरकार सबने राज्य के केन्द्र शासित प्रदेशों ए टीके उपलब्ध कराइए सहयोग समर्थन तैयार देर है देसा हर एक की कोरोना सवा बचाव आला टीका मुफ्त ਉਪਲਬਧ ਕਰਵਾਉਣੇ ਲਈ ਰੰਬੇਗੇਦੇ ਸਭਿਆਨ ਤਹਿਤ ਟੀਕੇ ਦਾ 75% ਸਪਲਾਈ ਮੁਫਤ ਉਪਲਬਧ ਕਰਵਾਈ ਜਾਂਦੀ ਹੈ ਇਹਦੇ ਕੰਨੇਗੇ ਖਬਰਾਂ ਦਾ ਇੱਕ ਬੁਲੇਟਿਨ ਸਬੰਧਤ ਹੋਆ